ਸਤਿਗੁਰੂ ਮਿਹਰ ਕਾਲ ਜੀ ਨੂੰ ਸਹੀ ਸਲਾਮ ਬੜੇ ਘਰ ਪਹੁੰਚਾਉਣ ਅਤੇ ਆਪਣੇ ਪਰਿਵਾਰ ਦੇ ਵਿੱਚ ਜਾ ਕੇ ਖੁਸ਼ੀਆਂ ਮਾਣਨ, ਇਹ ਸਾਡੀ ਅਰਦਾਸ ਹੈ। ਹੋਰ ਵੀ ਸਮਾਂ ਮਿਲਿਆ ਤਾਂ ਜ਼ਰੂਰ ਆਉਣਗੇ ਅਤੇ ਆਪ ਸੰਗਤਾਂ ਦੀ ਸੇਵਾ ਕਰਨਗੇ। ਸੋ ਦਾਸ ਬੇਨਤੀ ਕਰੇਗਾ ਪਾਤਸ਼ਾਹ ਜਗਤ ਸਿੰਘ ਦੇ ਜਥੇ ਨੂੰ ਕਿ ਉਹ ਆਪ ਸੰਗਤਾਂ ਨੂੰ ਕੀਰਤਨ ਸਰੋਵਰ ਕਰਨਗੇ ਅਤੇ ਇਹਨਾਂ ਤੋਂ ਬਾਅਦ ਪਾਤਸ਼ਾਹ ਭਾਈ ਬਲਜਿੰਦਰ ਸਿੰਘ ਦਾ ਜਥਾ ਉਹ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਨਗੇ। ਸੋ ਬੜੇ ਪਿਆਰ ਦੇ ਨਾਲ ਕੀਰਤਨ ਸਰਵਣ ਕਰਕੇ ਫਿਰ ਆਪ ਲੰਗਰ ਛਾ ਕੇ ਫਿਰ ਆਪਣੇ ਘਰਾਂ ਨੂੰ ਜਾਣਾ ਹੈ ਅਤੇ ਨਾਲ ਹੀ ਹੋਵਾਂਗੇ। ਗੁਰੀਆਂ ਭੁੱਲਾਂ ਦੀ ਦਾਸ ਕਿਵੇਂ ਦਾ ਜਾਤਕ ਹੈ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।